आकाशवाणी जम्मू है बडले खबरों च तुंदा स्वागत पहले खास खास खबरों कने मैं विजय बजाज श्रीनगर पार्लियामेंटी सीट पर चुनाव ਲਈ ਸਭਿਆਤਿਆਰੀਆਂ ਮੁਕੰਮਲ ਕਰ ਲੈਤੀਆਂ 17 ਲੱਖ 40 ਹਜ਼ਾਰ ਮਤਦਾਤਾ 24 ਉਮੀਦਵਾਰਾਂ ਦੇ ਸਿਆਸੀ ਪਵਿੱਖ ਦਾ ਫੈਸਲਾ ਕਰਨਗਣ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰ ਅੱਜ ਰਾਸ਼ਟਰਪਤੀ ਭਵਨ ਚ ਦੂਏ ਅਲੰਕਰਨ ਸਮਾਰੋਹ ਪਦਮ ਪੁਰਸਕਾਰ ਪੇਟ ਕਰਨਗਣ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਉਹਰੇ ਆਖਿਆ ਜੇ ਦੇਸ਼ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲੇ ਕਸ਼ਮੀਰ ਕੀ ਵਾਪਸ ਆਉਣ ਨੇ ਆਸਤੇ ਪੂਰੀ ਚਾਲੀ ਵਚਨ ਬੱਧ ਤੇ ਆਈਪੀਐਲ ਕ੍ਰਿਕਟ ਚ ਜੰਦੀ ਰਾਤੀ ਸਨਰਾਈਜ਼ਰਜ਼ ਹਦਰਾਬਾਦ ਨੇ ਲਖਨਊ ਸੁਪਰ ਜਾਇੰਟਸ ਕੀ ਦਸਾਂ ਵਿਕਟਾਂ ਕਨੇਰਾਇ ਦਿੱਤਾ ਅਜਦਾ ਮੁਕਾਬਲਾ ਪੰਜਾਬ ਕਿੰਗਸ ਤੇ ਰਾਇਲ ਚੈਲੈਂਜਰਜ਼ ਬੰਗਲੌਰੂ ਬਿਸ਼ਕਾਰ ਖੇਟਿਆ ਜਾਗ ਖਬਰਾਂ ਦੀ ਤਫਸੀਲ ਕਰਨੇ ਅਭਿਲਾਸ਼ਾ ਸ਼ਰਮਾ ਲੋਕ ਸਭਾ ਚੁਣਾਈ ਦੇ ਚੌਥੇ ਚਰਨ ਲਈ ਸਭ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨਾ ਜਿਦੇ ਤੈਤ ਸ਼੍ਰੀਨਗਰ ਪਾਰਲੀਮੈਂਟ ਦੀ ਸੀਟਸ ਅਤੇ 96 ਲੋਕ ਸਭਾ ਸੀਟੇ ਲਈ ಮತਦਾਨ ਹੋਗ 13 ਮਈ ਨੂੰ ਨਿਆਲੇ ਇਸ ਮਤਦਾਨ ਚ ਸ਼੍ਰੀਨਗਰ ਪਾਰਲੀਮੈਂਟ ਦੀ ਅਲਕੇ ਦੇ ਪੰਜੇ ਜ਼ਿਲ੍ਹੇ ਥਮਾ 17 ਲੱਖ 40 ਹਜ਼ਾਰ ਮੱਧਾਤਾ ਆਪਣੇ ਵੋਟ ਦੇ ਅਕੈਦਾ ਇਸਤੇਮਾਲ ਕਰਗਨ ਜਿੰਦੇ ਚ 8 ਲੱਖ 70 ਹਜ਼ਾਰ ਮਹਿਲਾ ਵੀ ਸ਼ਾਮਲ ਨ ਤੇ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗਨ ਪ੍ਰਮੁੱਖ ਉਮੀਦਵਾਰਾਂ ਚ ਨੈਸ਼ਨਲ ਕਾਨਫਰੰਸ ਪਾਰਟੀ ਥਮਾ ਅਗਾ ਸਹੀਦ ਰਹੁਲ্লাহ ਮਹਿਦੀ ਤੇ ਪੀਡੀਪੀ ਥਮਾ ਵਹੀਦ ਉਰ रहमान ਪਰਾ ਸ਼ਾਮਲ ਨ ਸਿਰິນਗਰ ਪਾਰਲੀਮੈਂਟਲ ਹਲਕੇ ਦੇ ਰਿਟਰਨਿੰਗ ਅਫਸਰ ਹੋ ਰਹੇ ਆਲਚਗਹਿ ਲੱਗੀ ਦੀ ਜਨ ਸਭਾ ਕੇ ਸੰਬੋਧਿਤ ਕਰਨ ਦੇ ਦੌਰਾਨ ਇੱਕ ਵરિਸ਼ਟ ਸਿਆਸੀ ਦਾਨਾਸ ਜਾਂ EVM ਦੀ ਕਾਰਗਰਦੀ ਬਾਰੇ ਇਲਜ਼ਾਮੇ ਕੀ ਸ੍ਰਿਥਮਾ ਨਕਾਰ ਦਿੱਤਾ ਹੈ। ਜਾਰੀ ਇੱਕ ਬਿਆਨ ਵਿੱਚ ਰਿਟਰਨਿੰਗ ਅਫਸਰ ਹੋ ਰਹੇ ਆਖਿਆ ਜਿ ਸਭ ਨੇ ਚੋਣਾਂ ਚ ਜਿੰਦੇ ਜੋ 2024 ਦੇ ਚੋਣ ਵੀ ਸ਼ਾਮਲ ਨਾ ਇਸਤੇਮਾਲ ਹੋਣ ਵਾਲੇ EVM ਤੇ VVPAT ਕੀ ਨਾਸ਼ੜਾ ਚੋਣਯੋਗ ਤੇ ਲੋਕਿਆਂ ਸਿਆ ਸਗੂਆ ਸੁਪਰੀਮ ਕੋਰਟ ਆਸਿਆ ਖਰੀਚਾਲੀ ਜਾਂਚ ਤੇ ਤਸਦੀਕ ਕੀਤੀ ਗਈ ਹੈ। ਉਨੇ ਸਭ ਨੇ ਲੋਕਿਆਂ ਕੀ ਅਪੀਲ ਕੀਤੀ ਜੇ ਐਸੇ ਬੇਬੁਨਿਆਦ ਤੇ ਝੂਠੇ ਇਲਜ਼ਾਮੇ ਪਰ ਪਰੋਸਾ ਨਹੀਂ ਕਰਨਾ ਦਿੱਲੀ ਚ ਰਵਾ ਕਰ ਦੇ ਕਸ਼ਮੀਰੀ ਵਿਸਥਾਪਿਤਾਂ ਦੀ ਲੋਕ ਸਭਾ ਚੁਣਾਈਆਂ ਚ ਵੋਟ ਪਾਣੇ ਦੀ ਸਹੂਲਤ ਉਪਲਬਧ ਕਰਵਾਉਣੇ ਲਈ ਭਾਰਤੀ ਚੋਣ ਆਯੋਗ ਨੇ ਰਾਸ਼ਟ ਰਾਜਧਾਨੀ ਦੀ ਬਖ ਬਖ ਥਾਰੇ ਪਰ ਖਾਸ મતદાન ਕੇਂਦਰ ਬਣਾਇਨਾ ਸਾਡੇ ਸੰਵਾਦਾਤਾ ਨੇ ਜਾਣਕਾਰੀ ਦਿੱਤੀ ਹੈ ਜੇ મતદાન ਕੇਂਦਰ ਕਸ਼ਮੀਰ ਰੈਜ਼ੀਡੈਂਟ ਕਮਿਸ਼ਨ ਪੰਜ ਪੀ ਆਰ ਰੋਡ ਨਵੀਂ ਦਿੱਲੀ ਕਸ਼ਮੀਰ ਕਿਸਾਨ ਘਰ ਬੀ ਆਰ 2 ਸ਼ਾਲੀਮਾਰ ਬਾਗ ਦਿੱਲੀ ਅਰਵਾਚਨ ਇੰਟਰਨੈਸ਼ਨਲ ਪਬਲਿਕ ਸਕੂਲ ਪਾਕਟ ਐਫ ਦਿਲਸ਼ਾਦ ਗਾਰਡਨ ਦਿੱਲੀ ਤੇ ਪਪਰਾਵਰਤ ਨਾਫਜ਼ਗੜ੍ਹ ਦਿੱਲੀ ਚ ਬਣਾਈਏ ਦਿਨ ਚੋਨਾਯੋਗ ਨੇ ਇਹਨਾਂ મતદાન ਕੇਂਦਰੇ ਪਰ ਵੋਟ ਪਾਣ ਵਾਲੇ ਕਸ਼ਮੀਰੀ ਵਿਸਥਾਪਿਤਾਂ ਕੀ ਮੁਫਤ ਆਉਣੇ ਜਾਣੇ ਦੀ ਸੂਲਤ ਉਪਲਬਧ ਕਰਾਉਣੇ ਦੇ ਨਿਰਦੇਸ਼ ਦਿੱਤੇ ਉਹਨੇ ਕੀ મતદાન ਕੇਂਦਰ ਤੋੜੀ ਪਜਾਣੇ ਤੇ ਵਾਪਸ ਆਉਣੇ ਲਈ ਮੁਫਤ ਟ੍ਰਾਂਸਪੋਰਟ ਸੇਵਾ ਉਪਲਬਧ ਕਰਵਾਈ ਜਾਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰ ਅੱਜ ਦਿੱਲੀ ਦੇ ਰਾਸ਼ਟਰਪਤੀ ਭਵਨ ਚ ਦੂਏ ਲੋਕ ਆਲੰਕਰਨ ਸਮਾਰੋਚ ਚ ਪਦਮ ਪੁਰਸਕਾਰ ਪੇਟ ਕਰਗਣ ਦੇਸ਼ ਦੇ ਸਰਵੋੱਚ ਸਨਮਾਨ ਪਦਮ ਪੁਰਸਕਾਰ ਤ੍ਰਾਂ ਸ਼੍ਰੇਣੀ ਅਚ ਦਿੱਤੇ ਜਾਂਦੇ ਹਨ ਪਦਮ ਵਿਭੂਸ਼ਣ ਪਦਮ ਭੂਸ਼ਣ ਤੇ ਪਦਮ ਸ਼੍ਰੀ ਇਹ ਪੁਰਸਕਾਰ ਕਲਾ ਸਮਾਜ ਸੇਵਾ ਵਿਗਿਆਨ ਉਦਯੋਗ ਵਪਾਰ ਦਵਾਈਆਂ ਸਾਹਿਤ ਸਿੱਖਿਆ ਖੇਡਾਂ ਤੇ ਲੋਕ ਸੇਵਾ ਜਨੇ ਬਖ ਬਖ ਖੇਤਰੀ ਚ ਦਿੱਤੇ ਜਾਂਦੇ ਹਨ ਤੇ ਹਰ ਬਾਰੇ ਇਹਨੇ ਪੁਰਸਕਾਰਿਆਂ ਦੀ ਘੋਸ਼ਣਾ ਗਣਤੰਤਰ ਦਿਵਸ ਤੇ ਮੌਕੇ ਪਰ ਕੀਤੀ ਜਾਂਦੀ ਹੈ ਪਿਛਲੇ ਮਹੀਨੇ ਰਾਸ਼ਟਰਪਤੀਓ ਨੇ ਤ੍ਰ ਪਦਮ ਵਿਭੂਸ਼ਣ ਪੁਰਸਕਾਰ 8 ਪਦਮ ਭੂਸ਼ਣ ਤੇ 52 ਪਦਮ ਸ਼੍ਰੀ ਪੁਰਸਕਾਰ 22 April ਦੀ ਪੇਟ ਕੀਤੇ ਹੈ ਉਪਰਾਜਪਾਲ ਮਨੋ ਸੁਨਾਉਰੇ ਨਿਰਦੇਸ਼ ਦਿੰਦਾ ਹੈ ਜੇ ਸਮਾਜ ਕਲਿਆਣ ਮਹਿਕਮੇ ਦੀਆਂ ਬਖ ਬਖ ਯੋਜਨਾਵਾਂ ਤਹਿਤ ਲਾਭਾਰਥੀਆਂ ਕੀ 100% ਆਧਾਰਕਨੇ ਜੋੜਨਾ ਯਕੀਨੀ ਬਣਾਇਆ ਜਾ ਸਮਾਜ ਕਲਿਆਣ ਮਹਿਕਮੇ ਦੀ ਇੱਕ ਸਮੀਖਿਆ ਬੈਠਕ ਦੀ ਅਧਿਐਕਸ਼ਤਾ ਕਰਦੀ ਹੋਈ ਉਪਰਾਜਪਾਲ ਹੋਰੇ ਪੋਸ਼ਣ ਅਭਿਆਨ ਤਹਿਤ ਪ੍ਰਗਤੀ ਤੇ ਜਿਮੀ ਸਤੇ ਉਪਰ ਇਹਦੇ ਅਸਰ ਬਾਰੇ ਵੀ ਜਾਇਜ਼ਾ ਲੈਂਦਾ ਉਨੇ ਆਖਿਆ ਜੇ ਪ੍ਰਸ਼ਾਸਨ ਦੇ ਧਿਆਨ ਸਮਾਜ ਦੇ ਆਰਥਿਕ ਸਮਾਜਿਕ ਤੇ ਸਿੱਖਿਸ਼ਕ ਰੂਪ ਕੰਨੇ ਆਸ਼ੀਆ ਪਰੋਂ ਨੇ ਵਾਲੇ ਵਰਗਿਓਂ ਪਰੋਣਾ ਲੋਟਦਾ। ਉਨੇ ਆਖਿਆ ਜੇ ਮਹਿਲਾਇਂ ਦੇ ਸਸ਼ਕਤੀਕਰਨ ਲਈ ਪ੍ਰਸ਼ਾਸਨਾਸਯਾ ਚੇਚਤ ਧਿਆਨ ਦਿੱਤਾ ਜਾਣਾ ਲੋਟਦਾ ਹੈ। ਇਸ ਦੌਰਾਨ ਉਹਨੇ ਇੱਕ ਮੋਲ ਬਣਾਉਣ ਲਈ ਲੋਟਦੀ ਗੈਂ ਬਾਰੇ ਚਰਚਾ ਕੀਤੀ ਤਾਂ ਜੇ ਇਹ ਲੋਕ ਆਪਣੇ ਸਮਰਥਗੀ ਪਛਾਣਨ ਤੇ ਉਹਦਾ ਪੂਰਾ ਪੂਰਾ ਇਸਤੇਮਾਲ ਕਰਨ ਉਪ ਰਾਜਪਾਲ ਹੋਰੇ ਇਸ ਮੌਕੇ ਪਰ ਆਂਗਣਵਾੜੀ ਕੇਂਦਰ ਦੀ ਭੂਮਿਕਾ ਪਰ ਵੀ ਲੋਪਾਈ। ਉਹਨੇ ਆਖਿਆ ਜੇ ਇਹ ਸੇਤ ਸਿੱਖਿਆ ਤੇ ਬੱਚੇ ਦੀ ਸੁਰੱਖਿਆ ਲਈ ਇੱਕ ਮਤਵਪੂਰਨ ਕੇਂਦਰ ਦੇ ਤੌਰ ਪਰ ਕੰਮ ਕਰ ਦੇਣਾ। ਉਹਨੇ ਮੁਤਲਕ ਅਫਸਰਾਂ ਨੂੰ ਹਦਾਇਤ ਕੀਤੀ ਜੇ ਸਭ ਨੇ ਆਂਗਣਵਾੜੀ ਕੇਂਦਰ ਚ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾ। ਲੈਫਟਨੈਂਡ ਗਵਨਰ ਮਨੋਸਨਾ ਹੋਰੇ ਕਲਸੰਸਕ੍ਰਿਤੀ ਵਿਭਾਗ ਦੇ ਕੰਮਕਾਜ ਤੇ ਕਨੇ ਸਾਂਸਕ੍ਰਿਤਿਕ ਵਿਰਾਸਤ ਦੀ ਸਾਂਭ ਸੰਭਾਲ ਤੇ ਇਫਹਾਜ਼ਤ ਲਈ ਕੀਤੇ ਗਏ ਦੇ ਈਲੇ ਦਾ ਵੀ ਜਾਇਜ਼ਾ ਲੇਤਾ। ਐਲਜੀਉਰੇ ਵਸਤੂਕਲਾ ਤੇ ਬੰਸ ਬੰਨੇ ਨਮੂਨੇ ਦੇ ਹفاظਤ ਤੇ ਇਹਨੇ ਕਿ ਬੜਾ ਬਦਲ ਨੇ ਦੀ ਜ਼ਰੂਰਤ ਹੈ ਪਰ ਜ਼ੋਰ ਪਾਇਆ ਤੇ ਮੌਜੂਦਾ ਨੀਤੀਆਂ ਸਰਬੰਧੀ ਢਾਂਚੇ ਚ ਸੁਧਾਰ ਦਾ مشورہ ਵੀ ਦਿੱਤਾ। ਉਹਨੇ ਮਹਿਕਮਿਆ ਸਿਆਖੜੀਗੇ ਦੀ ਲਾਇਬ੍ਰੇਰੀਆਂ ਬਾਰੇ ਲੋਕਾਂ ਦੀ ਪ੍ਰਤੀਕਿਰਿਆ ਮੁਤੱਲਕ ਜਾਣਕਾਰੀ ਵੀ ਹਾਸਲ ਕੀਤੀ। ਬੈਠਕ ਦੌਰਾਨ ਅਜਾਇਬ ਕਰੰਗੀ ਮਤਾ ਲੋਕਪ੍ਰੀਵ ਬਣਾਉਣੇ ਤੇ ਮਹਿਕਮੇ ਕਸ਼ ਮੌਜੂਦ ਅਭਿਲੇਖੇ ਸਰਬੰਧੀ ਸਮਗਰੀ ਦੇ ਡਿਜੀਟਲਿਕਰਨ ਸਰਬੰਧੀ ਮਾਮਲੇ ਪਰ ਵੀ ਚਰਚਾ ਕੀਤੀ ਗਈ। ਮੁੱਖ ਸਚਿਵ ਅਟਲ ਡੁੱਲੂ ਹੋਰੇ ਕੱਲ ਯੁਵਾ ਉਦਮੀ ਵਿਕਾਸ ਅਭਿਆਨ ਬਾਰੇ ਲਵਾਈ ਗਈ ਦੀ ਧਿਆੜੇ ਭਰੇ ਦੀ ਕਾਰਜਸ਼ਾਲਾ ਦਾ ਉਦਘਾਟਨ ਕੀਤਾ ਇਸ ਮੌਕੇ ਪਰ ਬੋਲਦੇ ਹੋਏ ਡੁੱਲੂ ਹੋਰੇ ਆਖਿਆ ਜੇ ਇਸ ਸਰਬੰਧਾ ਚ ਤਿਆਰ ਕੀਤੇ ਜਾਣੇ ਵਾਲਾ ਦ੍ਰਿਸ਼ਟੀ ਦਸਤਾਵੇਜ਼ ਉਦਮ ਕਾਰਖਾਨਾਦਾਰੀ ਦੇ ਰਾਏ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣੇ ਲਈ ਮਹੱਤਵਪੂਰਨ ਪਹਿਲ ਕਦਮੀਆਂ ਕਰਨੇ ਚ ਬੜਾ ਕਾਰੀ ਦਾ ਸਾਬਤ ਹੋਗ ਉਨੇ ਸਭ ਨੇ ਸਰਬੰਧਤ ਪੱਖੇ ਪਰ ਜ਼ੋਰ ਪਾਇਆ ਜੇ ਉਹ ਕਿੱਥੇ ਰਹੀ ਹੈ ਇਸ ਦਸਤਾਵੇਜ਼ ਦਾ ਪਹਿਲਾ ਸੰਸਕਰਣ ਤਿਆਰ ਕਰਨ ਮੁੱਖ ਸਚੀਵਰੇ ਰੋਜ਼ਗਾਰ ਪੈਦਾ ਕਰਨ ਵਾਲੀ ਬਖ ਬਖ ਯੋਜਨਾئیں ਦੀ ਕਾਮਯਾਬ ਅਮਲਾਵਰੀ ਤੇ ਆਉਣੇ ਵਾਲੀ ਰੁਕਾਵਟਾਂ ਦੀ ਪਛਾਣ ਕਰਨ ਲਈ ਵੀ ਆਖਿਆ ਇਦੇ علاوہ ਉਹਨੇ ਪ੍ਰਦੇਸ਼ ਚ ਮੌਜੂਦ ਅਨੋਖੇ ਮੌਕੇ ਤੇ ਫਾਇਦੇ ਉਪਰ ਵਿਚਾਰ ਕਰਨ ਦੀ ਗੱਲ ਉਪਰ ਵੀ ਲੋਪਾਈ ਏ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪਰਾ ਸੁਣਾ ਕਰਦੇ ਹੋ ਬਾਕੀ ਦੇ ਖਬਰਾਂ ਕਰਨੇ ਵਿਜੇ ਪਾਜਾਜ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰੋ ਨੇ ਆਖਿਆ ਜੇ ਮੁਲਕ ਦੀ ਹਰ ਇੱਕ ਸਿਆਸੀ ਪਾਰਟੀ ਇਸ ਗੱਲ 'ਕੀ ਜਕੀਨੀ ਬਣਾਉਣੇ ਵਾਸਤੇ ਵਚਨੇ ਬੱਝੀ ਦੀ ਹੈ ਜੇ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹਿੱਸਾ ਹੈ ਤੇ ਇਹ ਭਾਰਤ ਕੋਲ ਗਏ ਵਾਪਸ ਆਉਣਾ ਲਾਜ਼ਮ ਹੈ ਕੱਲ੍ਹ ਨਵੀਂ ਦਿੱਲੀ 'ਚ ਇੱਕ ਕਾਲਜ ਦੇ ਵਿਦਿਆਰਥੀਆਂ ਕਨੇ ਗੱਲ ਕਰਦੀ ਹੋਈ ਜੈ ਸ਼ੰਕਰੋ ਨੇ ਆਖਿਆ ਜੇ ਦਫਾ 370 ਛਤਨੇ ਦੇ ਬਾਅਦ ਮਕਬੂਜ਼ਾ ਕਸ਼ਮੀਰ ਦਾ ਮੁੱਦਾ ਲੋਕਾਂ ਦੀ ਪ੍ਰਾਥਮਿਕਤਾ ਚਾਹੀ ਗਿਆ ਉਨੇ ਆਖਿਆ ਜੇ ਲੋਕ ਇਹ ਮੰਨਿਲੇਦਾ ਖ ਜੇ ਦਫਾ 370 ਕੀ ਬਦਲਿਆ ਨਹੀਂ ਜਾ ਸਕਦਾ ਕਿ ਜੇ ਉਸ ਬੇਲਦੀ ਰਾਜਨੀਤੀ ਨੇ ਇਸੀ ਲੋਕ ਕੇ ਦੇ ਮਨ ਚ ਬੜੀ ਗਹਿਰਾਈ ਕਰਨ ਵਾਲੀ ਦਿੱਤੇ ਦਾ ਖ ਉਨੇ ਆਖਿਆ ਜੀ ਉਹ ਜ਼ਮੀਨੀ ਹਾਲਾਤ ਪੂਰੀ ਚਾਲੀ ਪਤਲੀ ਕੇ ਦਿਨ ਤੇ ਮੁਲਕ ਇਸ ਕੱਲਾਕੀ ਚਕਿਨੀ ਬਣਾਉਣੇ ਵਾਸਤੇ ਵਚਨਬੱਧ ਜੇ ਮਕਬੂਜ਼ਾ ਕਸ਼ਮੀਰ ਦਾ ਇਲਾਕਾ ਵਾਪਸ ਭਾਰਤ ਕਿ ਆਸ ਲੋਗ ਹੈ ਕੁਲਗਾਮ ਜ਼ਿਲ੍ਹੇ ਚੋਂ ਇਹ ਟਾਕਰੀਆਲੀ ਥਾਰਾ ਦੇ ਨੇੜੇ ਗਏ ਸੁਰੱਖਿਆ ਬਲਾਂ ਦੇ ਇੱਕ ਹੋਰ ਅਤੰਕਵਾਦੀ ਵਿਸ਼ਕਾਰ ਹੋਈ ਦੀ ਗੋਲੀਬਾਰੀ ਚ ਸੁਰੱਖਿਆ ਬਲਾਂ ਨੇ ਤ੍ਰਿਗੇ ਅਤੰਕਵਾਦੀ ਕੀ ਬਿਮਾਰੀ ਮੁਕਾਇਆ ਸੁਰੱਖਿਆ ਬਲਾਂ ਪਾਸਿਆਂ ਇਸੇ ਇਲਾਕੇ ਚ ਟੀਆਰਐਫ ਗੁੱਟ ਦੇ ਇੱਕ ਸਿਰੇ ਦੇ ਕਮਾਂਡਰ ਸਨ ਡਾਉਂ ਅਤੰਕਵਾਦੀਆਂ ਕੀ 10 ਕੀਤੇ ਜਾਣੇ ਦੇ ਇੱਕ ਦਿਨ ਪ੍ਰੰਤ ਇਹ ਨਵਾਂ ਟਕਰਾਅ ਹੋਇਆ ਕੁਲਗਾਮ ਦੇ ਰਦਵਾਨੀ ਇਲਾਕੇ ਚ ਟਾਕਰੀਆਲੀ ਥਾਰਾ ਦੇ ਨੇੜੇ ਕਰਨ ਦੀ ਤਲਾਸ਼ੀ ਦਰਾਂ ਉੱਥੇ ਛੱਪੀਏ ਬੈਠੇ ਦੇ ਅਤੰਕਵਾਦੀ ਤੇ ਸੁਰੱਖਿਆ ਬਲਾਂ ਵਿਚਕਾਰ ਵੀ ਗੋਲੀਬਾਰੀ ਸ਼ੁਰੂ ਹੋਈ ਹੀ ਟਾਕਰੇ ਦਰਾਂ ਸੁਰੱਖਿਆ ਬਲਾਂ ਇਸ ਤਰੀਕੇ ਅਤੰਕ ਕਰੀ ਦਿੱਤਾ ਰਾਸ਼ਟਰੀ ਜਾਂਚ ਏਜੰਸੀਆਂ ਨੇ ਇਹ ਕੁਸਪੈਡ ਦੇ ਇੱਕ ਮਾਮਲੇ ਚ ਪੁਲਵਾਮਾ ਜ਼ਿਲ੍ਹੇ ਚ ਜੈਸ਼ੇ ਮੁਹੰਮਦ ਗੁੱਟ ਦੇ ਇੱਕ ਸਰੇ ਦੀ ਆਤੰਕਵਾਦੀ ਦੀ ਛੇ ਅਚਲ ਸੰਪਤੀਆਂ ਕੀ ਕਲਕੁੜਕ ਕਰਿ ਲਤਾ ਜਾਰੀ ਕੀਤੇ ਗਿਤੇ ਇੱਕ ਬਿਆਨ ਚ ਏਜੰਸੀ ਨੇ ਆਖਿਆ ਜੀ ਐਨ ਆਈ ਏ ਦੀ ਜੰਮੂ ਵਾਲੀ ਵਿਸ਼ੇਸ਼ ਅਦਾਲਤ ਦੇ ਹੁਕਮ ਅ ਮੁਜਬ ਆਤੰਕਵਾਦੀ ਆਸਿਫ ਅਹਿਮਦ ਮਲਿਕ ਦੀ ਮੀਰਪੋਰਾ ਪੁਲਵਾਮਾ ਚ ਸਥਿਤ ਇਹਨਾਂ ਸੰਪਤੀਆਂ ਕੀ ਕੁੜਕ ਕੀਤਾ ਗਿਆ ਹੈ ਮਲਿਕ ਕੀ ਜਨਵਰੀ 2020 ਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਦੇ ਕਬਜ਼ੇ ਚ ਹਥਿਆਰਸਲਾ ਤੇ ਗੋਲਾ ਬਰੂਦ ਬਰਾਮਦ ਹੋ ਗਾ ਹੈ एनआईए की जांच दौरान एक बात सामने आई जे आरोपी ने कुस्पैट करिए इस पखियादे आतंकवादी की कश्मीर का टिप जाने ते भारत सरकार के खिलाफ आतंकवादी षडयंत्र के हिस्से के तौर पर सुरक्षा बलें पर अमल दी तैयारी ले आतंकवादी की सुरक्षित आश्रय में उपलब्ध करवाने दी पैड़ी योजना भी बनाई थी एनआईए ने गैर कानूनी गतिविधियां दी रोकथाम संबंधी कानून तहत जम्मू कश्मीर के एजेंटोड़ी 109 संपत्तियों की अटैच करी देते हैं ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਇਟ ਆਉਨੀਅਲੇ ਅਵੰਤੀਪੁਰਾ ਦੇ ਹਾਤੀਵਾੜਾ ਇਲਾਕੇ 'ਚ ਜੰਦੀ ਸੰਨਿਆ ਨੌ ਮਜ਼ੂਰਾਂ ਗਿਲੇਇ ਚਾਰਤੀ ਕਿਸ਼ਤੀ ਜੇਲਮ ਤਰਿਆ ਚ ਡੁੱਬੀ ਗਈ। ਆਸੇਮਗਰਾ ਮਕਾਮੀ ਲੋਕਾਂ ਦੀ ਮਦਦ ਕਰਨ ਸੱਤ ਲੋਕਾਂ ਕੀ ਬਚਾਈ ਲੱਤਾ ਗਿਆ ਜਿਸ ਲੇ ਕੇ ਦੋ ਜਨੇ ਅਜੇ ਵੀ ਲਾਪਤਾ ਨ ਇੱਕ ਅਧਿਕਾਰੀ ਮੁਜਬ ਐਸ ਡੀ ਆਰ ਐਫ ਦੀਆਂ ਟੀਮ ਮੇ ਪੁਲਸ ਤੇ ਮਕਾਮੀ ਲੋਕੇ ਲਾਪਤਾ ਹੋਏ ਦੇ ਦੋਂ ਗੈਰ ਮਕਾਮੀ ਮਜ਼ੂਰਾਂ ਦਾ ਪਤਾ ਲਾਣੇ ਲਈ ਅਭਿਆਨ ਸ਼ੁਰੂ ਕਰ ਦਿੱਤੇ ਦੇ। ਕੇਂਦਰੀ ਗ੍ਰਹਿ ਮੰਤਰਾਲੇ ਪਾਸਯਾ ਪੀਜੀਕੇਡੀ ਰਾਸ਼ਟਰੀ ਆਪਤਾ ਪ੍ਰਬੰਧਨ ਪ੍ਰਾਧਾਨਾ ਐਨਡੀਐਮਏ ਦੀ ਮਾਹਿਰਾਂ ਦੀ ਇੱਕ ਟੀਮ ਨੇ ਰਾਂਬਨ ਜ਼ਿਲ੍ਹੇ ਦੇ ਪਰਨੋਟ ਗ్రాੰਚ ਜਿਮਿਤਾ ਸੁਨਿਆਲੀ ਥਾਰੇ ਦਾ ਵਿਆਪਕ ਸਰਵੇਖਣ ਸ਼ੁਰੂ ਕਰ ਦਿੱਤਾ ਅਕਾਸ਼ਵਾਨੀ ਦੇ ਰੰਬਨ ਸੰਬੰਧਤਾ ਮੁજબ ਇਹ ਟੀਮ ਜਿਮਿਤਸ ਨੇ ਦੇ ਪਿੱਛੇ ਦੀਆਂ ਵਜਹਾਂ ਤੇ ਇਸ ਇਲਾਕੇ ਚ ਭਵਿੱਖ ਸਰਬੰਦੀ ਖਤਰੇ ਦੀ ਵਿਆਪਕ ਜਾਂਚ ਕਰਾਰਤੀ ਹੈ ਟੀਮ ਆਸਿਆ ਇਸ ਬਾਰੇ ਚ ਲੋੜਛ ਦੇ احتیاطੀਆਂ ਦੀ ਸਲਾਹ ਵਿਚਾਰੀ ਕੀਤੀ ਜਾਗ ਹੁਆ ਫਿਲਹਾਲ ਮਾਹਿਰਾਂ ਆਲ ਦੀ ਕੜੀ ਪ੍ਰਭਾਵਿਤ ਇਲਾਕੇ ਚ ਦਾਖਲ ਹੋਣੇ ਥਮਾ ਸਭ ਨੇ ਕੀ ਠਾਕੀ ਦਿੱਤੇ ਦਾ IPL ਕ੍ਰਿਕਟ ਦੀ ਜੰਤੀ ਰਾਤੀ ਹਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਇੱਕ ਮੈਚ 'ਚ ਸਨਰਾਈਜ਼ਰਸ ਹਦਰਾਬਾਦ ਨੇ ਲਖਨਊ ਸੁਪਰ ਜਾਇੰਟਸ 'ਦੀ 10 ਵਿਕਟਾਂ 'ਕ ਨਿਰਾਇਤ ਦਿੱਤਾ। ਪਹਿਲੇ ਬੱਲੇਬਾਜ਼ੀ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਨੇ ਤੈ ਬੀ ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਪ 165 ਰਨ ਬਣਾਏ। ਇਤੇ ਪਰਤੇਚ ਸਨਰਾਈਜ਼ਰਸ ਹਦਰਾਬਾਦ ਨੇ ਛੜੇ 9 ਓਵਰ 'ਚ 4 ਗੇਂਦਾਂ 'ਚ ਬਗੈਰ ਕੋਈ ਵਿਕਟ ਮੋਹਾਇਦੇ 167 ਰਨ ਬਣਾ ਕੇ ਮੈਚ ਜਿੱਤੀ ਲਿਆਤਾ। ਅਭਿਸ਼ੇਕ ਸ਼ਰਮਾ ਤੇ 22 ਐਟ ਦੀ ਸਲਾਮੀ ਜੋੜੀ ਨੇ ਨਾਬਾਦ 75 ਤੇ 99 ਰੰਜ਼ ਬਣਾਈਏ ਲਕਸ਼្ਘੀ ਬੜੀ ਆਸਾਨੀ ਕਰਨੇ ਹਾਸਲ ਕਰੀ ਲਤਾ ਅੱਜ ਦਾ ਮੁਕਾਬਲਾ ਤਰਮਸ਼ਾਲਾ ਚ ਪੰਜਾਬ ਕਿੰਗਸ ਤੇ ਰਾਇਲ ਚੈਲੈਂਜਰਸ ਬੰਗਲੌਰੂ ਵਿਚਕਾਰ ਖੇਡਿਆ ਜਾਗ ਮੈਚ ਸਨਿਆ 7:30 ਵਜੇ ਸ਼ੁਰੂ ਹੋਗੂ ਅਖੀਰਾਂ ਚ ਖਾਸ ਖਬਰਾਂ ਇੱਕ ਬਰੀ ਭੀ ਸ਼੍ਰੀਨਗਰ ਪਾਰਲੀਮੈਂਟ ਸੀਟ ਪਰ ਚੋਣਾਂ ਲਈ ਸਭਿਆਤ ਤਿਆਰੀਆਂ ਮੁਕੰਮਲ ਕਰ ਲਈਆਂ ਨ 17 ਲੱਖ 40 ਹਜ਼ਾਰ ਮਤਦਾਤਾ 24 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ राष्ट्रपति द्रौपदी मुर्मू और आज राष्ट्रपति भवन च दुए आलंकरण समारोह च पुरस्कार भेंट कर विदेश मंत्री डॉ एस जयशंकर और आख्या जे देश पाकिस्तान दे नजायज कब्जे आश्मीर वापस आनने वनबद्ध है आईपीएल क्रिकेट च जी रााती सनराइजर्स हैदराबाद ने लखनऊ सुपर जायज की करने खबरें च बस कई दा